12ਵੀਂ ਦੀ ਵਿਦਿਆਰਥਣ ਦੇ ਵੱਲੋਂ ਖੁਦਕੁਸ਼ੀ ਪਿੱਛੋਂ ਦੋ ਅਧਿਆਪਕਾਂ ਦੇ ਵਿਰੁੱਧ ਕੇਸ ਦਰਜ। ਜਲੰਧਰ ਦੇ ਏਪੀ ਹੈੱਡਕੁਆਰਟਰਸ ਲਾਗੇ ਸਥਿਤ ਇੱਕ ਸਕੂਲੀ ਵਿਦਿਆਰਥਣ ਦੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਅਧਿਆਪਕਾਵਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ। ਸ਼ੁੱਕਰਵਾਰ ਨੂੰ ਮਹਿਲਾ ਅਧਿਆਪਕ ਦੇ ਵੱਲੋਂ ਤੰਗ ਪਰੇਸ਼ਾਨ ਕਰਨ ਤੋਂ ਦੁਖੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਸਕੂਲ ਦੀਆਂ ਦੋ ਅਧਿਆਪਕਾਵਾਂ ਉਰਵਸ਼ੀ ਅਤੇ ਨੀਤੂ ਗੁਪਤਾ ਦੇ ਖਿਲਾਫ ਧਾਰਾ 108(3)(5) ਤਹਿਤ ਮਾਮਲਾ ਦਰਜ ਕਰ ਲਿਆ। ਪਤਾ ਲੱਗਾ ਹੈ ਕਿ ਸਕੂਲ ਦੀ ਫੀਸ ਨੂੰ ਲੈ ਕੇ ਅਧਿਆਪਕਾਂ ਵੱਲੋਂ ਵਿਦਿਆਰਥੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਲੜਕੀ ਬਿਮਾਰੀ ਦੇ ਕਾਰਨ ਸਕੂਲ ਨਹੀਂ ਜਾ ਰਹੀ ਸੀ, ਜਿਸ ਕਾਰਨ ਉਸਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਨੇ ਵਿਦਿਆਰਥਣ ਦੀ ਮੌਤ ਤੋਂ ਪਹਿਲਾਂ ਉਸਦੇ ਦੋਸਤ ਨਾਲ ਹੋਈ ਗੱਲਬਾਤ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ। ਤੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿਜ ਨੇ ਕਿਹਾ ਹੈ ਕਿ ਸਕੂਲ ਮੈਨੇਜਮੈਂਟ ਅਧਿਆਪਕਾਂ ਦੇ ਨਾਲ ਖੜੀ ਹੈ ਤੇ ਉਹਨਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਵਿਦਿਆਰਥਣ ਬਿਮਾਰੀ ਦੇ ਬਹਾਨੇ ਤੋਂ ਕਾਫੀ ਲੰਮੇ ਸਮੇਂ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਾਰਨ ਅਧਿਆਪਕ ਨੇ ਉਸਦੀ ਮਾਂ ਨੂੰ ਫੋਨ ਕਰਕੇ ਸਕੂਲ ਭੇਜਣ ਲਈ ਕਿਹਾ ਤਾਂ ਉਹ ਬੀਤੀ 15 ਅਗਸਤ ਤੋਂ ਸਕੂਲ ਨਹੀਂ ਆ ਰਹੀ ਸੀ, ਜਿਸ ਕਰਕੇ ਅਧਿਆਪਕਾਂ ਨੇ ਉਸਨੂੰ ਸਕੂਲ ਆਉਣ ਦੇ ਲਈ ਹਾਜ਼ਰ ਹੋਣ ਦੇ ਲਈ ਕਿਹਾ। ਤੇ ਪਿਛਲੇ ਸਾਲ ਵੀ ਜਮਾਤ ਦੇ ਵਿੱਚ ਵਿਦਿਆਰਥੀ ਦੀ ਹਾਜ਼ਰੀ ਸਿਰਫ 51% ਰਹੀ ਸੀ। ਇਸ ਵਾਰ ਵੀ ਇਹੀ ਉਸਦੀ ਸਥਿਤੀ ਹੈ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਕਾਰਨ ਵਿਦਿਆਰਥੀ ਡਿਪਰੈਸ਼ਨ ਦੇ ਵਿੱਚ ਸੀ ਅਤੇ ਇਸ ਦੇ ਲਈ ਅਧਿਆਪਕ ਦੇ ਉੱਤੇ ਦੋਸ਼ ਲਗਾਉਣਾ ਗਲਤ ਹੈ। ਕਹਿਣ ਤੋਂ ਭਾਵ ਸਕੂਲ ਵੱਲੋਂ, ਜਿਹੜਾ ਸਕੂਲ ਮੈਨੇਜਮੈਂਟ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਵੀ ਖੁਦਕੁਸ਼ੀ ਦੇ ਪਿੱਛੇ ਉਹਨਾਂ ਦੀਆਂ ਜਿਹੜੀਆਂ ਦੋ ਅਧਿਆਪਕਾਵਾਂ ਦੇ ਨਾਮ ਆ ਰਹੇ ਨੇ ਉਹ ਇਸ ਦੇ ਲਈ ਮੁੱਖ ਦੋਸ਼ੀ ਨਹੀਂ ਹਨ।